मॉर्निंग स्टूडेंट्स, आज आप एक साधारण आदमी दे क्वेश्चन आंसर करांगे। तो पिछले वीडियो दे विच आपां पढ़िया सी कि साधारण आदमी दे विच एक जीवने नाम दे आदमी दी कहानी दसी गई है, जिस दे विच गुस्सा आया तो जिसने गुस्से दे विच आके जिहड़ा है ਉਹ ਇਹਦਾ ਕਦਮ ਉਠਾਇਆ ਕਿ ਉਸਨੇ ਕਤਲ ਕਰ ਦਿੱਤਾ ਔਰ ਬਾਅਦ ਵਿੱਚ ਉਸਨੂੰ ਪਛਤਾਉਣਾ ਪਿਆ। ਤਾਂ ਆਪਾਂ ਨੂੰ ਉਸ ਤਰ੍ਹਾਂ ਸੋਚਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਕੰਮ ਜਿਹੜੇ ਆ ਉਹ ਨਹੀਂ ਕਰਨੇ ਚਾਹੀਦੇ, ਜਿਸ ਦੇ ਨਾਲ ਸਾਨੂੰ ਬਾਅਦ ਵਿੱਚ ਪਛਤਾਉਣਾ ਪਵੇ। ਤਾਂ ਉਸ ਦੇ ਕੁਸ਼ਚਨ ਆਂਸਰ ਜਾਂ ਬੈਕ ਐਕਸਰਸਾਈਜ਼ ਹੈ ਜਿਹੜੀ ਉਹ ਅੱਜ ਆਪਾਂ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਫਸਟ ਕੁਸ਼ਚਨ ਹੈ, ਜਿਉਣਾ ਪਹਿਲਾਂ ਕਿਹੋ ਜਿਹਾ ਆਦਮੀ ਹੁੰਦਾ ਸੀ? ਤਾਂ ਜਿਉਣਾ ਪਹਿਲਾਂ ਜਿਹੜਾ ਬਿਲਕੁਲ ਸਿੱਧਾ ਸਾਦਾ ਸੱਚ ਬੋਲਣ ਵਾਲਾ ਰੱਬ ਵਿੱਚ ਵਿਸ਼ਵਾਸ ਰੱਖਣ ਵਾਲਾ ਸਧਾਰਨ ਆਦਮੀ ਸੀ। ਮਿਹਨਤੀ ਕਿਸਾਨ ਸੀ, ਲੜਾਈ ਝਗੜੇ ਵਿੱਚ ਨਹੀਂ ਸੀ ਪੈਂਦਾ ਔਰ ਕਦੇ ਉਸਨੇ ਕੁੱਤੇ ਨੂੰ ਸੋਟੀ ਵੀ ਨਹੀਂ ਸੀ ਮਾਰੀ, ਹਮੇਸ਼ਾ ਰੱਬ ਨੂੰ ਯਾਦ ਕਰਨ ਵਾਲਾ ਇਨਸਾਨ ਸੀ। ਸੈਕਿੰਡ ਕੁਸ਼ਚਨ ਹੈ, ਨਿਆਂਈ ਵਾਲੇ ਖੂਹ ਦੇ ਹਿੱਸੇਦਾਰ ਕੌਣ ਕੌਣ ਸਨ? ਤਾਂ ਨਿਆਂਈ ਵਾਲੇ ਖੂਹ ਦੇ ਹਿੱਸੇਦਾਰ ਜਿਉਣਾ ਅਤੇ ਸੱਦਾ ਸਿੰਘ ਸਨ। ਥਰਡ ਕੁਸ਼ਚਨ ਹੈ, ਜਿਉਣੇ ਦੇ ਭਰਾ ਦਾ ਨਾਮ ਕੀ ਸੀ? ਬਚਨ ਸਿੰਘ, ਉਸਦੇ ਨਾਮ ਭਰਾ ਦਾ ਨਾਮ ਬਚਨ ਸਿੰਘ ਸੀ। ਫੋਰਥ ਕੁਸ਼ਚਨ ਹੈ, ਸੱਦਾ ਸਿੰਘ ਦੀ ਮੌਤ ਕਿਸ ਖੇਤੀ ਦੇ ਸੰਦ ਨਾਲ ਹੋਈ? ਸੰਦ ਦਾ ਮਤਲਬ ਹਥਿਆਰ ਹੁੰਦਾ ਜਾਂ ਔਜ਼ਾਰ ਹੁੰਦਾ ਹੈ। ਤਾਂ ਖੇਤੀ ਦੇ ਕਿਸ ਔਜ਼ਾਰ ਦੇ ਨਾਲ ਸੱਦਾ ਸਿੰਘ ਦੀ ਮੌਤ ਹੋਈ ਸੀ? ਕਹੀ ਦੇ ਨਾਲ ਹੋਈ ਸੀ। ਜਿਉਣੇ ਨੂੰ ਪੁਲਿਸ ਕਿਉਂ ਫੜ ਕੇ ਲੈ ਕੇ ਗਈ ਸੀ? ਤਾਂ ਜਿਉਣੇ ਸੱਦਾ ਸਿੰਘ ਨੇ ਜਿਉਣੇ ਨੂੰ ਧੱਕੇ ਨਾਲ ਪਾਣੀ ਦੀ ਵਾਰੀ ਤੋਂ ਰੋਕਿਆ ਸੀ। ਤਾਂ ਜਦੋਂ ਤਾਂ ਜਿਉਣੇ ਨੇ ਗੁੱਸੇ ਵਿੱਚ ਆ ਕੇ ਸੱਦਾ ਸਿੰਘ ਦੇ ਸਿਰ ਦੇ ਵਿੱਚ ਕਹੀ ਮਾਰੀ ਅਤੇ ਉਹ ਮਰ ਗਿਆ। ਜਿਉਣੇ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਅਤੇ ਉਸ ਲਈ ਪੁਲਿਸ ਉਸਨੂੰ ਫੜ ਕੇ ਲੈ ਗਈ ਸੀ। ਠੀਕ ਹੈ ਸਟੂਡੈਂਟਸ, ਇਹ ਵਾਲੀ ਹੈ ਸ਼ੋਰਟ ਕੁਸ਼ਚਨ। ਉਸ ਤੋਂ ਬਾਅਦ ਹੈ ਲੌਂਗ ਕੁਸ਼ਚਨ। ਫਸਟ ਕੁਸ਼ਚਨ ਹੈ, ਜਿਹੜਾ ਪਲ ਭਰ ਦਾ ਗੁੱਸਾ ਜ਼ਿੰਦਗੀ ਨੂੰ ਬਰਬਾਦ ਕਰ ਸਕਦਾ ਹੈ, ਇਸ ਤੋਂ ਬਚਣ ਲਈ ਕੀ ਕੁਝ ਕੀਤਾ ਜਾ ਸਕਦਾ ਹੈ, ਵਿਚਾਰ ਪੇਸ਼ ਕਰੋ। ਤਾਂ ਇਸ ਤਰ੍ਹਾਂ ਆਪਾਂ ਨੂੰ ਜਿਹੜਾ ਹੈ ਕੁਸ਼ਚਨ, ਇਹਦੇ ਵਿੱਚ ਆਪਾਂ ਡਿਸਕਸ ਕਰਾਂਗੇ ਕਿ ਸਾਡੀ ਜਿਹੜੀ ਜ਼ਿੰਦਗੀ ਦਾ ਗੁੱਸਾ ਹੈ ਜਿਹੜਾ ਉਹ ਮਨੁੱਖੀ ਸੁਭਾਅ ਦੇ ਵਿੱਚ ਆਉਂਦਾ ਜ਼ਰੂਰ ਹੈ। ਜਿਹੜਾ ਗੁੱਸਾ ਹੈ ਮਨੁੱਖੀ ਸੁਭਾਅ ਦਾ ਹੀ ਇੱਕ ਪ੍ਰਵਿਰਤੀ ਹੈ, ਇੱਕ ਸੁਭਾਅ ਦਾ ਹੀ ਹਿੱਸਾ ਹੀ ਹੈ, ਪਰ ਉਹ ਜੰਡਾਲ ਦਾ ਰੂਪ ਧਾਰਨ ਕਰ ਲੈਂਦਾ ਹੈ। ਗੁੱਸੇ ਦੇ ਵਿੱਚ ਆ ਕੇ ਕੁਝ ਪਲਾਂ ਲਈ ਮਨੁੱਖੀ ਮਨ ਨੇ ਜਿਹੜਾ ਉਸਦੀ ਚੇਤਨਾ, ਉਸਦੀ ਸੋਚਣ ਸ਼ਕਤੀ ਹੈ ਜਿਹੜੀ ਉਹ ਖਤਮ ਹੋ ਜਾਂਦੀ ਹੈ। ਇਸ ਕਰਕੇ ਗੁੱਸੇ ਵਿੱਚ ਕਈ ਕੁਝ ਅਜਿਹੇ ਕੰਮ ਕਰ ਲੈਂਦੇ ਹਾਂ ਜਿਸ ਤੋਂ ਸਾਨੂੰ ਸਾਰੀ ਉਮਰ ਪਛਤਾਉਣਾ ਪੈਂਦਾ ਹੈ। ਜਿਵੇਂ ਇਸ ਕਹਾਣੀ ਦੇ ਵਿੱਚ ਵੀ ਦੱਸਿਆ ਗਿਆ ਹੈ ਕਿ ਇਸ ਇੱਕ ਸਿੱਧੇ ਸਾਦਾ ਇਨਸਾਨ ਸੀ ਜਿਉਣਾ, ਜਿਹੜਾ ਉਸਦੇ ਹੱਥੋਂ ਗੁੱਸੇ ਦੇ ਵਿੱਚ ਆ ਕੇ ਸੱਦਾ ਸਿੰਘ ਦਾ ਕਤਲ ਹੋ ਗਿਆ ਸੀ। ਤਾਂ ਉਹ ਜਦੋਂ ਉਸਨੂੰ ਬਾਅਦ ਵਿੱਚ ਆਪਣੀ ਚੇਤਨਤਾ ਆਉਂਦੀ ਹੈ, ਆਪਣੀ ਹੋਸ਼ ਆਉਂਦੀ ਹੈ, ਤਾਂ ਪਤਾ ਲੱਗਦਾ ਹੈ ਕਿ ਉਸਨੇ ਇਹ ਕੰਮ ਜਿਹੜਾ ਹੈ ਉਹ ਗਲਤ ਕੀਤਾ ਹੈ। ਤਾਂ ਇਸ ਤੋਂ ਬਚਿਆ ਕਿਵੇਂ ਜਾ ਸਕਦਾ, ਉਸ 'ਤੇ ਕੀ ਉਪਾਅ ਹਨ? ਤਾਂ ਇਸ ਤੋਂ ਗੁੱਸੇ ਉੱਪਰ ਕਾਬੂ ਪਾਉਣ ਲਈ ਸਾਨੂੰ ਆਪਣੇ ਮਨ ਨੂੰ ਸ਼ਾਂਤ ਰੱਖਣਾ ਚਾਹੀਦਾ ਹੈ, ਭੜਕਾਊ ਗੱਲਾਂ ਤੋਂ ਦੂਰ ਰਹਿਣਾ ਚਾਹੀਦਾ। ਜੇਕਰ ਆਪਾਂ ਨੂੰ ਕੋਈ ਭੜਕਾਉਂਦਾ ਹੈ, ਕਿਸੇ ਦੇ ਖਿਲਾਫ ਕੋਈ ਗੱਲ ਕਰਦਾ ਹੈ, ਤਾਂ ਉਸਦੇ ਆਸਾਨੀ ਦੇ ਨਾਲ ਉਸ 'ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਉਸ ਤੋਂ ਬਚਣਾ ਚਾਹੀਦਾ ਹੈ। ਸਾਨੂੰ ਹਰ ਗੱਲ ਨੂੰ ਸੋਚ ਸਮਝ ਕੇ ਕਰਨਾ ਚਾਹੀਦਾ ਹੈ ਕਿ ਇਸ ਦੇ ਨਾਲ ਕਿਸੇ ਦਾ ਗੁੱਸੇ ਨੂੰ ਗੁੱਸਾ ਆਏਗਾ ਤਾਂ ਸਾਨੂੰ ਅਪਸ਼ਬਦ ਬੋਲੇਗਾ ਅਤੇ ਇਸ ਦੇ ਨਾਲ ਸਾਨੂੰ ਗੁੱਸਾ ਆ ਸਕਦਾ ਹੈ। ਤਾਂ ਇਸ ਤਰ੍ਹਾਂ ਸਾਨੂੰ ਕੋਈ ਜਿਹੜੀਆਂ ਨੇ ਸੋਚ ਸਮਝ ਕੇ ਗੱਲਾਂ ਨੇ ਜਿਹੜੀਆਂ ਉਹ ਕਰਨੀਆਂ ਚਾਹੀਦੀਆਂ ਹਨ। ਠੰਡਾ ਪਾਣੀ ਪੀਣਾ ਚਾਹੀਦਾ ਹੈ, ਗੁੱਸੇ ਵਾਲੀ ਜਿਸ ਦੇ ਨਾਲ ਸਾਡੇ ਨਾਲ ਲੜਾਈ ਝਗੜਾ ਹੋਇਆ ਹੈ ਉਸ ਤੋਂ ਥੋੜ੍ਹੀ ਦੂਰ ਚਲੇ ਜਾਣਾ ਚਾਹੀਦਾ ਹੈ, ਜਿਸ ਦੇ ਨਾਲ ਸਾਡਾ ਗੁੱਸਾ ਹੈ ਜਿਹੜਾ ਉਹ ਸ਼ਾਂਤ ਹੋ ਜਾਏਗਾ ਔਰ ਅਸੀਂ ਕੋਈ ਗਲਤ ਕਦਮ ਨਹੀਂ ਉਠਾਵਾਂਗੇ। ਸੈਕਿੰਡ ਕੁਸ਼ਚਨ ਹੈ ਕਿ ਤੁਹਾਨੂੰ ਕਦੇ ਗੁੱਸਾ ਆਇਆ ਹੈ? ਉਸ ਗੁੱਸੇ ਕਾਰਨ ਤੁਹਾਡਾ ਜਾਂ ਕਿਸੇ ਹੋਰ ਦਾ ਕੋਈ ਨੁਕਸਾਨ ਹੋਇਆ ਹੈ? ਅਜਿਹੀ ਹਾਲਤ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ। ਇਹ ਤਾਂ ਤੁਸੀਂ ਆਪਣੇ ਆਪ ਲਿਖੋਗੇ, ਕੁਸ਼ਚਨ ਅਸੈਂਸ਼ੀਅਲ ਕੁਸ਼ਚਨ ਬਣੇਗਾ ਕਿ ਤੁਹਾਨੂੰ ਕਦੇ ਗੁੱਸਾ ਆਇਆ, ਉਸ ਗੁੱਸੇ ਦੇ ਵਿੱਚ ਤੁਸੀਂ ਕੀ ਕੰਮ ਕੀਤਾ ਜਿਸ ਦੇ ਨਾਲ ਕਿਸੇ ਦੂਸਰੇ ਦਾ ਨੁਕਸਾਨ ਹੋਇਆ ਹੈ? ਤਾਂ ਇਸ ਤਰ੍ਹਾਂ ਦੀ ਹਾਲਤ ਨੂੰ ਆਪਣੇ ਸ਼ਬਦਾਂ ਦੇ ਵਿੱਚ ਲਿਖਣਾ ਹੈ। ਥਰਡ ਕੁਸ਼ਚਨ ਜਿਹੜਾ ਹੈ ਉਹ ਨਹੀਂ ਕਰਨਾ ਹੈ, ਉਹ ਕੱਟ ਦਿਓ। ਉਸ ਤੋਂ ਬਾਅਦ ਫੋਰਥ ਕੁਸ਼ਚਨ ਹੈ, ਕਿਸਾਨ ਦੇ ਜੀਵਨ ਬਾਰੇ ਤੁਸੀਂ ਕੀ ਜਾਣਦੇ ਹੋ? ਉਸ ਵੱਲੋਂ ਕਿਤੇ ਗਏ ਵਾਲੇ ਵੀ ਛੱਡ ਦਿਓ ਕੁਸ਼ਚਨ, ਫੋਰਥ ਕੁਸ਼ਚਨ ਵੀ। ਫਿਫਥ ਕੁਸ਼ਚਨ ਹੈ, ਕੀ ਤੁਸੀਂ ਕਦੇ ਝੂਠ ਬੋਲਿਆ ਹੈ ਇਸ ਨਾਲ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਹੋਵੇ? ਤਾਂ ਇਹ ਤੁਸੀਂ ਆਪਣੇ ਆਪ ਫਿਰ ਲਿਖਣਾ ਹੈ। ਸੈਕਿੰਡ ਕੁਸ਼ਚਨ ਵੀ, ਫਿਫਥ ਕੁਸ਼ਚਨ ਵੀ, ਕੀ ਤੁਸੀਂ ਕਦੇ ਝੂਠ ਬੋਲਿਆ ਹੋਵੇ ਜਿਸ ਦੇ ਨਾਲ ਤੁਹਾਨੂੰ ਸ਼ਰਮਿੰਦਗੀ ਦਾ, ਤੁਸੀਂ ਇੱਕ ਵਾਰੀ ਝੂਠ ਬੋਲ ਦਿੱਤਾ ਤਾਂ ਤੁਸੀਂ ਬਚ ਗਏ, ਬਾਅਦ ਵਿੱਚ ਉਹ ਝੂਠ ਫੜਿਆ ਗਿਆ ਔਰ ਫਿਰ ਤੁਹਾਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਹੋਵੇ? ਤਾਂ ਇਹ ਕੁਸ਼ਚਨ ਜਿਹੜਾ ਉਹ ਤੁਸੀਂ ਆਪਣੇ ਆਪ ਲਿਖੋਗੇ। ਉਸ ਤੋਂ ਬਾਅਦ ਬੇਟਾ ਬੈਕ ਐਕਸਰਸਾਈਜ਼ ਦੇ ਵਿੱਚ ਹੈ, ਸ਼ੁੱਧ ਕਰਕੇ ਲਿਖੋ ਕਿਹੜਾ ਸ਼ਬਦ ਦਿੱਤਾ ਹੋਇਆ। ਆਪਾਂ ਇਹ ਪਹਿਲੇ ਵੀ ਕੀਤਾ ਹੋਇਆ 8th ਵਿੱਚ ਵੀ, ਕਿ ਜਿੱਥੇ
लां लगी होएगी, लां नूं कट के आपां उही अक्षर नूं सियारी कर देंगे, केड़ा वेड़ा जेड़ा जिस तरह के कोई शब्द आ जाते हैं तो लां कट के आपां उह सियारी कर देंगे। हुण कक्के दे लां लगी होई है, कक्के दे लां कट के उसनूं सियारी कर देंगे। उस तो बाद है कनक, नन्ना लिखा होया, नन्ने की जगह पर अना ना आ जाएगा, कनक आने नाल आएगा। उस तो बाद ओला, ऊड़े का मूँह खुला हो जाएगा ओला। पहलवान, पप्पे हाहे नूं सियारी आएगी, दुलावां कट्टियां जाणगियां और पैरी ह भी कट्टिया जाएगा। पप्पा हाहे नूं सियारी, लल्ला पहलवान। नैक्सट है सावधान, दद्दे नाल लिखा, दद्दे नाल ही आएगा, तद्दे नाल आएगा सावधान। सहज, और जिथे दुलावां लगियां होंदियां हन उत्थे रूल सी कि दुलावां कट के अगले अक्षर नूं सियारी हो जाती है, जिवें शहर कहर, तो सहज लिखा होया, सहज दुलावां कट के हाहे नूं सियारी आ जाएगी सहज। इस तरह ही है व्याकल, व्याकल नहीं हुंदा व्याकुल, कक्के नूं ओंकड़ आ जाएगा व्याकुल। ऐसा झगड़ा लिखा, झगड़ा नहीं हुंदा झगड़ा, अड़ाड़ आएगा, डड्डा पाया अड़ाड़ा आएगा डड्डे की जगह पर। नैक्सट है कढ़ना, कढ़ना डड्डा पाया कढ़ना आएगा कढ़ना। और मंगना, गग्गे नाल हुंदा गग्गे नाल ही हुंदा मंगना। तो ठीक है, ये वाले है शुद्ध शब्द जोड़े कि थोड़े सिलेबस के भी हैं, इसलिए प्रैक्टिस के वास्ते हैं, नहीं तो तुम इन्होंने प्रैक्टिस करनी है। बाकी एसेंशियल क्वेश्चन है, तुम रिवाइज़ करोगे अपने। थैंक यू।